ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ਦੇ ਵਿੱਚ ਲਗਾਤਾਰ ਮੌਨਸੂਨ ਐਕਟਿਵ ਹੈ ਤੇ ਮੌਸਮ ਵੀ ਕਾਫੀ ਸੁਹਾਵਣਾ ਬਣਿਆ ਹੋਇਆ। ਅੱਜ ਵੀ ਜੇ ਅਸੀਂ ਗੱਲ ਕਰ ਲਈਏ ਚੰਡੀਗੜ੍ਹ ਤੇ ਪੰਜਾਬ ਹਰਿਆਣਾ ਦੇ ਕਈ ਬੈਲਟ ਦੇ ਵਿੱਚ ਤੇਜ਼ ਬਰਸਾਤ ਸਵੇਰ ਤੋਂ ਹੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਮੌਸਮ ਵਿਭਾਗ ਦੀ ਮੰਨੀਏ ਤੇ ਅੱਜ ਤੇ ਕੱਲ ਯੈਲੋ ਅਲਰਟ ਦਿੱਤਾ ਗਿਆ ਪੰਜਾਬ ਦੇ ਜਿਹੜੇ ਪਹਾੜੀ ਏਰੀਆ ਦੇ ਨਾਲ ਲੱਗੇ ਨੇ। ਰੂਪਨਗਰ ਦੀ ਅਸੀਂ ਗੱਲ ਕਰ ਲਈਏ, ਮੋਹਾਲੀ ਦੀ ਅਸੀਂ ਗੱਲ ਕਰ ਲਈਏ, ਫਤਿਹਗੜ੍ਹ ਸਾਹਿਬ, ਪਠਾਨਕੋਟ, ਗੁਰਦਾਸਪੁਰ, ਇਹ ਸਾਰੀ ਜਿੰਨੀ ਵੀ ਬੈਲਟ ਹੈ ਇੱਥੇ ਤੇਜ਼ ਬਰਸਾਤ ਦਾ ਅਲਰਟ ਦਿੱਤਾ ਗਿਆ। ਅਤੇ ਨਾਲ ਦੇ ਨਾਲ ਹਰਿਆਣਾ ਦੀ ਅਸੀਂ ਗੱਲ ਕਰ ਲਈਏ, ਅੰਬਾਲਾ, ਕੁਰੂਕਸ਼ੇਤਰ, ਯਮੁਨਾਨਗਰ, ਕਰਨਾਲ, ਇਸ ਏਰੀਆ ਦੇ ਵਿੱਚ ਵੀ ਯੈਲੋ ਅਲਰਟ ਦਿੱਤਾ ਗਿਆ। ਨਾਲ ਦੇ ਨਾਲ ਚੰਡੀਗੜ੍ਹ ਦੇ ਵਿੱਚ ਵੀ ਰੁਕ ਰੁਕ ਕੇ ਮੀਂਹ ਪੈਣ ਦੀ ਗੱਲ ਕੀਤੀ ਗਈ ਔਰ ਟੈਂਪਰੇਚਰ ਜਿਹੜਾ ਉਹ ਕਾਫੀ ਜਿਹੜਾ ਹੈਗਾ ਘਟਦਾ ਨਜ਼ਰ ਆ ਰਿਹਾ। ਯਾਨੀ ਕਿ ਹੁਣ ਗਰਮੀ ਤੋਂ ਜ਼ਰੂਰ ਰਾਹਤ ਮਿਲਦੀ ਨਜ਼ਰ ਆ ਰਹੀ ਹੈ, ਲੇਕਿਨ ਦੂਜੇ ਪਾਸੇ ਅਸੀਂ ਗੱਲ ਕਰ ਲਈਏ ਆਉਣ ਵਾਲੇ ਦਿਨਾਂ 'ਚ ਇਸੇ ਤਰ੍ਹਾਂ ਯਾਨੀ ਕਿ ਟੈਂਪਰੇਚਰ ਹੁਣ ਡਾਊਨ ਜਾਏਗਾ ਔਰ ਅਕਤੂਬਰ ਦੇ ਵਿੱਚ ਵੀ ਪਹਿਲੇ ਹਫ਼ਤੇ ਦੇ ਵਿੱਚ ਰੇਨਫਾਲ ਹੋਣ ਦੀ ਯਾਨੀ ਮੀਂਹ ਪੈਣ ਦੀ ਸੰਕੇਤ ਜਿਹੜੇ ਆ ਮੌਸਮ ਵਿਭਾਗ ਵੱਲੋਂ ਦਿੱਤੇ ਗਏ ਨੇ। ਹਾਲਾਂਕਿ ਇਸ ਕਰਕੇ ਮੌਸਮ ਕਾਫੀ ਸੁਹਾਵਣਾ ਬਣਿਆ ਹੋਇਆ, ਗਰਮੀ ਤੋਂ ਜ਼ਰੂਰ ਨਿਜ਼ਾਤ ਮਿਲੀ ਹੈ, ਲੇਕਿਨ ਕਿਤੇ ਨਾ ਕਿਤੇ ਕਈ ਪਾਸੇ ਕਿਸਾਨਾਂ ਨੂੰ ਵੀ ਨੁਕਸਾਨ ਜ਼ਰੂਰ ਦੇਖਣ ਨੂੰ ਮਿਲ ਰਿਹਾ। ਜੇ ਸ਼ਹਿਰੀ ਦੀ ਅਸੀਂ ਗੱਲ ਕਰ ਲਈਏ, ਟ੍ਰਾਈ ਸਿਟੀ ਦੀ ਅਸੀਂ ਗੱਲ ਕਰ ਲਈਏ, ਵਾਟਰ ਲੌਗਿੰਗ ਦੀ ਦਿੱਕਤਾਂ ਵੀ ਪੇਸ਼ ਆ ਰਹੀ ਹੈ ਕਿਉਂਕਿ ਲਗਾਤਾਰ ਬਰਸਾਤ ਕਰਕੇ ਜਲ ਭਰਾਵ ਦੀ ਜਿਹੜੀ ਸਿਚੁਏਸ਼ਨ ਹੈ, ਜਿਹੜੇ ਹਾਲਾਤ ਹੈ ਉਹ ਜ਼ਰੂਰ ਬਣਦੇ ਨਜ਼ਰ ਆ ਰਹੇ ਨੇ, ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਤਾਂ ਕਹਿ ਸਕਦੇ ਹਾਂ ਕਿ ਅੱਜ ਪੂਰਾ ਦਿਨ ਇਸੇ ਤਰ੍ਹਾਂ ਮੌਸਮ ਰਹਿਣ ਵਾਲਾ, ਇਸੇ ਤਰ੍ਹਾਂ ਰੁਕ ਰੁਕ ਕੇ ਬਰਸਾਤ ਹੋਵੇਗੀ। ਹਾਲਾਂਕਿ ਸਵੇਰ ਤੋਂ ਹੀ ਮੌਸਮ ਕਾਫੀ ਸੁਹਾਵਣਾ ਬਣਿਆ ਹੋਇਆ ਸੀਗਾ, ਲੇਕਿਨ ਇੱਕ ਵਾਰ ਫਿਰ ਤੇਜ਼ ਬਰਸਾਤ ਕਰਕੇ ਕਾਫੀ ਜਿਹੜੇ ਜਲ ਭਰਾਵ ਦੀ ਸਿਚੁਏਸ਼ਨ ਹੈ ਉਹ ਵੇਖਣ ਨੂੰ ਮਿਲ ਰਹੀ ਹੈ। ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ਦੇ ਵਿੱਚ ਲਗਾਤਾਰ ਮੌਨਸੂਨ ਐਕਟਿਵ ਹੈ ਤੇ ਮੌਸਮ ਵੀ ਕਾਫੀ ਸੁਹਾਵਣਾ ਬਣਿਆ ਹੋਇਆ। ਅੱਜ ਵੀ ਜੇ ਅਸੀਂ ਗੱਲ ਕਰ ਲਈਏ ਚੰਡੀਗੜ੍ਹ ਤੇ ਪੰਜਾਬ ਹਰਿਆਣਾ ਦੇ ਕਈ ਬੈਲਟ ਦੇ ਵਿੱਚ ਤੇਜ਼ ਬਰਸਾਤ ਸਵੇਰ ਤੋਂ ਹੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਮੌਸਮ ਵਿਭਾਗ ਦੀ ਮੰਨੀਏ ਤੇ ਅੱਜ ਤੇ ਕੱਲ ਯੈਲੋ ਅਲਰਟ ਦਿੱਤਾ ਗਿਆ ਪੰਜਾਬ ਦੇ ਜਿਹੜੇ ਪਹਾੜੀ ਏਰੀਆ ਦੇ ਨਾਲ ਲੱਗੇ ਨੇ। ਰੂਪਨਗਰ ਦੀ ਅਸੀਂ ਗੱਲ ਕਰ ਲਈਏ, ਮੋਹਾਲੀ ਦੀ ਅਸੀਂ ਗੱਲ ਕਰ ਲਈਏ, ਫਤਿਹਗੜ੍ਹ ਸਾਹਿਬ, ਪਠਾਨਕੋਟ, ਗੁਰਦਾਸਪੁਰ, ਇਹ ਸਾਰੀ ਜਿੰਨੀ ਵੀ ਬੈਲਟ ਹੈ ਇੱਥੇ ਤੇਜ਼ ਬਰਸਾਤ ਦਾ ਅਲਰਟ ਦਿੱਤਾ ਗਿਆ। ਅਤੇ ਨਾਲ ਦੇ ਨਾਲ ਹਰਿਆਣਾ ਦੀ ਅਸੀਂ ਗੱਲ ਕਰ ਲਈਏ, ਅੰਬਾਲਾ, ਕੁਰੂਕਸ਼ੇਤਰ, ਯਮੁਨਾਨਗਰ, ਕਰਨਾਲ, ਇਸ ਏਰੀਆ ਦੇ ਵਿੱਚ ਵੀ ਯੈਲੋ ਅਲਰਟ ਦਿੱਤਾ ਗਿਆ। ਨਾਲ ਦੇ ਨਾਲ ਚੰਡੀਗੜ੍ਹ ਦੇ ਵਿੱਚ ਵੀ ਰੁਕ ਰੁਕ ਕੇ ਮੀਂਹ ਪੈਣ ਦੀ ਗੱਲ ਕੀਤੀ ਗਈ ਔਰ ਟੈਂਪਰੇਚਰ ਜਿਹੜਾ ਉਹ ਕਾਫੀ ਜਿਹੜਾ ਹੈਗਾ ਘਟਦਾ ਨਜ਼ਰ ਆ ਰਿਹਾ। ਯਾਨੀ ਕਿ ਹੁਣ ਗਰਮੀ ਤੋਂ ਜ਼ਰੂਰ ਰਾਹਤ ਮਿਲਦੀ ਨਜ਼ਰ ਆ ਰਹੀ ਹੈ, ਲੇਕਿਨ ਦੂਜੇ ਪਾਸੇ ਅਸੀਂ ਗੱਲ ਕਰ ਲਈਏ ਆਉਣ ਵਾਲੇ ਦਿਨਾਂ 'ਚ ਇਸੇ ਤਰ੍ਹਾਂ ਯਾਨੀ ਕਿ ਟੈਂਪਰੇਚਰ ਹੁਣ ਡਾਊਨ ਜਾਏਗਾ ਔਰ ਅਕਤੂਬਰ ਦੇ ਵਿੱਚ ਵੀ ਪਹਿਲੇ ਹਫ਼ਤੇ ਦੇ ਵਿੱਚ ਰੇਨਫਾਲ ਹੋਣ ਦੀ ਯਾਨੀ ਮੀਂਹ ਪੈਣ ਦੀ ਸੰਕੇਤ ਜਿਹੜੇ ਆ ਮੌਸਮ ਵਿਭਾਗ ਵੱਲੋਂ ਦਿੱਤੇ ਗਏ ਨੇ। ਹਾਲਾਂਕਿ ਇਸ ਕਰਕੇ ਮੌਸਮ ਕਾਫੀ ਸੁਹਾਵਣਾ ਬਣਿਆ ਹੋਇਆ, ਗਰਮੀ ਤੋਂ ਜ਼ਰੂਰ ਨਿਜ਼ਾਤ ਮਿਲੀ ਹੈ, ਲੇਕਿਨ ਕਿਤੇ ਨਾ ਕਿਤੇ ਕਈ ਪਾਸੇ ਕਿਸਾਨਾਂ ਨੂੰ ਵੀ ਨੁਕਸਾਨ ਜ਼ਰੂਰ ਦੇਖਣ ਨੂੰ ਮਿਲ ਰਿਹਾ। ਜੇ ਸ਼ਹਿਰੀ ਦੀ ਅਸੀਂ ਗੱਲ ਕਰ ਲਈਏ, ਟ੍ਰਾਈ ਸਿਟੀ ਦੀ ਅਸੀਂ ਗੱਲ ਕਰ ਲਈਏ, ਵਾਟਰ ਲੌਗਿੰਗ ਦੀ ਦਿੱਕਤਾਂ ਵੀ ਪੇਸ਼ ਆ ਰਹੀ ਹੈ ਕਿਉਂਕਿ ਲਗਾਤਾਰ ਬਰਸਾਤ ਕਰਕੇ ਜਲ ਭਰਾਵ ਦੀ ਜਿਹੜੀ ਸਿਚੁਏਸ਼ਨ ਹੈ, ਜਿਹੜੇ ਹਾਲਾਤ ਹੈ ਉਹ ਜ਼ਰੂਰ ਬਣਦੇ ਨਜ਼ਰ ਆ ਰਹੇ ਨੇ, ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਤਾਂ ਕਹਿ ਸਕਦੇ ਹਾਂ ਕਿ ਅੱਜ ਪੂਰਾ ਦਿਨ ਇਸੇ ਤਰ੍ਹਾਂ ਮੌਸਮ ਰਹਿਣ ਵਾਲਾ, ਇਸੇ ਤਰ੍ਹਾਂ ਰੁਕ ਰੁਕ ਕੇ ਬਰਸਾਤ ਹੋਵੇਗੀ। ਹਾਲਾਂਕਿ ਸਵੇਰ ਤੋਂ ਹੀ ਮੌਸਮ ਕਾਫੀ ਸੁਹਾਵਣਾ ਬਣਿਆ ਹੋਇਆ ਸੀਗਾ, ਲੇਕਿਨ ਇੱਕ ਵਾਰ ਫਿਰ ਤੇਜ਼ ਬਰਸਾਤ ਕਰਕੇ ਕਾਫੀ ਜਿਹੜੇ ਜਲ ਭਰਾਵ ਦੀ ਸਿਚੁਏਸ਼ਨ ਹੈ ਉਹ ਵੇਖਣ ਨੂੰ ਮਿਲ ਰਹੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18, ਪੰਜਾਬ।